ਇਹ ਬੋਰੀਆਂ ਜਨਾਬ ਪੈਕ ਹੋਈ ਗਈਆਂ ਦਾਣਿਆਂ ਦੀਆਂ, ਲਿਕੜਨੇ ਨੇ ਕਿਉਂ? ਇਹ ਦੇਖੋ ਇਹ ਦਾਣੇ ਬਖ। ਅਸਲਾਮ ਵਾਲੇਕੁਮ ਜੀ, ਉਮੀਦ ਕਰਨਾ ਸੋ ਸਾਰੇ ਠੀਕ ਹੋ। ਸੋ ਮੈਂ ਵਕਾਸ ਜ਼ਫਰ। ਜਨਾਬ ਮੈਂ ਤੁਸੀਂ ਪਿਛਲੀ ਵੀਡੀਓ ਦੱਸੀ ਸੀ ਕਿ ਅਸਾਂ ਜਿਹੜੀ ਕਣਕ ਲਾਈ ਵੀ ਹੈ ਉਹ ਮਾਸ਼ਾਅੱਲਾ ਤਿਆਰ ਹੋਣੀ ਹੈ, ਵੀ ਅੱਜ ਅਲਹਮਦੁਲਿਲਾ ਜਨਾਬ ਉਹ ਕਣਕ ਜਿਹੜੀ ਆ ਉਹ ਤਿਆਰ ਹੋ ਚੁੱਕੀ ਹੈ। ਅੱਜ ਜਨਾਬ ਉਸ ਕਣਕ ਦੀ ਕਟਾਈ ਜਿਹੜੀ ਹੈ ਉਹ ਜਾਰੀ ਹੈ ਮਾਸ਼ਾਅੱਲਾ। ਅਤੇ ਕੁਝ ਜਿਹੜੀ ਕਣਕ ਹੈ ਉਹ ਜਨਾਬ ਅਸਾਂ ਕਟਾਈ ਕੀਤੀ ਹੈ। ਅਤੇ ਜਨਾਬ ਤੋਂ ਸਭ ਤੋਂ ਪਹਿਲਾਂ ਮੈਂ ਦੱਸਣਾ ਕਿ ਜਨਾਬ ਗੰਦਮ ਜਿਹੜੀ ਹੈ ਇਹ ਪੂਰੀ ਤਿਆਰ ਹੈ। ਸਭ ਤੋਂ ਪਹਿਲਾਂ ਜਨਾਬ ਇਸ ਨਾਲ ਦਾਣਾ ਚੈੱਕ ਕਰਨੇ ਆ, ਇਹ ਤੱਕ ਹੀ ਸਕਣੇ ਹੋ। ਇਹ ਜਨਾਬ ਫੁੱਲ ਤਿਆਰ ਹੈ ਕਣਕ, ਇਹ ਪੱਥਰ ਔਰ ਸਖਤ ਹੈ ਇਸ ਨਾਲ ਹੁਣ ਦਾਣਾ। ਤਾਂ ਜਨਾਬ ਅੱਗੇ ਤੁਸਾਂ ਕੀ ਦੱਸਣੇ ਆ, ਜਿਹੜੀ ਹੋਰ ਆਲੇ ਅਸਾਂ ਕਣਕ ਆਪਣੀ ਕਟਾਈ ਕਰਾਈ ਰਹੇ ਹਾਂ ਕਿ ਕਿਸ ਚੀਜ਼ ਨਾਲ ਅਸਾਂ ਕਟਾਈ ਕਰਾਉਣੇ ਆ, ਉਸ ਨਾਲ ਨਾ ਰੈਪਰ ਜਨਾਬ ਉਹ ਵੀ ਤੁਸੀਂ ਦੱਸਣੇ ਆ ਕਿ ਕਿਸ ਤਰ੍ਹਾਂ ਉਹ ਕਟਾਈ ਕਰਨਾ। ਤਾਂ ਉਮੀਦ ਕਰਨਾ ਅੱਜ ਨਹੀਂ ਵੀਡੀਓ ਤੁਸੀਂ ਪਸੰਦ ਆਈ ਸੀ। ਇਹ ਜਨਾਬ ਤੁਸਾਂ ਤੱਕ ਹੀ ਸਕਣੇ ਹੋ ਕਿ ਰੈਪਰ ਲੱਗੇ ਆ, ਗੰਦਮ ਦੀ ਕਟਾਈ ਕਰਨ ਲੱਗੇ ਆ। ਬੜੇ ਖੂਬਸੂਰਤ ਤਰੀਕੇ ਨਾਲ, ਬੜੀ ਸਫਾਈ ਨਾਲ ਜਨਾਬ, ਕੋਈ ਕਿਸੇ ਕਿਸਮ ਨਾ ਇਸ ਨਾਲ ਜਨਾਬ ਆਵਰ ਹਾਲ ਤੁਸਾਂ ਕੀ ਦੱਸਿਆ ਕਿ ਕਣਕ ਅਸਾਂ ਕਟਾਈ ਕਿਸ ਤਰ੍ਹਾਂ ਕਰਾਉਣੇ ਆ। ਹੁਣ ਜਨਾਬ ਤੁਸਾਂ ਕੀ ਦੱਸਾਂ ਕਿ ਅਸਾਂ ਕਣਕ ਜਿਹੜੀ ਆ ਉਹ ਗਾਹਣੇ ਕਿਸ ਤਰ੍ਹਾਂ ਵਾ। ਤਾਂ ਅੱਛੋ ਜੁਲਨੇ ਆ, ਹੁਣ ਤੁਸਾਂ ਕੀ ਦੱਸਣੇ ਆ ਜੀ। ਜਨਾਬ ਤਾਂ ਕੀ ਸਕਦੇ ਹੋ ਕਿ ਕਣਕ ਇਹ ਗਾਹਣ ਲੱਗੇ ਹਨ, ਉਹ ਗੱਡੀਆਂ ਵਿੱਚ ਵਾਹਣ ਲੱਗੇ ਹੋਏ ਹਨ ਉਸਨੇ ਵਿੱਚ। ਤਾਂ ਹੁਣ ਇਹਨਾਂ ਕੋਲ ਜੁਲਨੇ ਆ ਅਤੇ ਦੱਸਣੇ ਆ ਤੁਸਾਂ ਕੀ ਕਿ ਕਿਸ ਤਰ੍ਹਾਂ ਦਾਣੇ ਮਸ਼ੀਨ ਕੱਢਣੀ ਆ ਬਾਹਰ। ਹਾਂਜੀ ਸਰ ਮਤਰੂਪ ਜੀ, ਬੋਰੀਆਂ ਜਨਾਬ ਪੈਕ ਹੋਈ ਗਈਆਂ ਦਾਣਿਆਂ ਦੀਆਂ। ਤਾਂ ਕਿ ਜਿਹੜੀਆਂ ਨੇ ਉਹ ਗੱਡੀ ਵਿੱਚ ਲੱਦਣਗੀਆਂ, ਤੋ ਹੁਣ ਜਾ ਰਹੀਆਂ ਜਿਹੜੇ ਨੇ ਉਹ ਕਾਰ ਜਾ ਰਹੇ ਨੇ।
जी जनाब फाइनली असा जनाब जड़े दाने न वो घर ही नहीं आते है जनाब सारे दाने अलहमदुलिल्लाह 150-200 मन दाने हो चुके न। उम्मीद करना सारिया की आज नी वीडियो पसंद आई होसी। अगर पसंद आई है इसी लाइक करे शेयर करे और फेसबुक पर पेज है वकास जफर ने नाम पर उसकी भी फॉलो करें। बहुत मेहरबानी बहुत शुक्रिया दुआवां याद रखें।